ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਲਗਾਤਾਰ ਚੱਲ ਰਹੇ ਨੇ। ਸੰਗਤਾਂ ਦੀਆਂ ਰੌਣਕਾਂ ਵੱਧ ਚੁੱਕੀਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਬੀ ਜਗੀਰ ਕੌਰ ਨੂੰ ਇੱਥੋਂ ਦੀ ਸੇਵਾ ਸੰਭਾਲ ਅਤੇ ਸਟੇਜਾਂ ਦੀ ਜਿਹੜੀ ਜ਼ਿੰਮੇਵਾਰੀ ਹੈ ਜਾਂ ਹੋਰ ਪ੍ਰਬੰਧ ਦੀ ਜ਼ਿੰਮੇਵਾਰੀ ਉਹ ਦਿੱਤੀ ਗਈ। ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਕਿੱਦਾਂ ਦੇ ਪ੍ਰਬੰਧ ਨੇ? ਬੀਬੀ ਜੀ ਤੁਹਾਡਾ ਸਵਾਗਤ ਹੈ, ਕਿੱਦਾਂ ਦੇ ਪ੍ਰਬੰਧ ਨੇ, ਕਿਵੇਂ ਦੇਖਦੇ ਹੋ ਇਸ ਪ੍ਰੋਗਰਾਮ? ਦੇਖੋ, ਪ੍ਰਬੰਧ ਜਿਹੜੇ ਅਸੀਂ ਕਰਨੇ ਹੁੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਉਹ ਹੈ ਕਿ ਗੁਰਮਤਿ ਦੇ ਸਮਾਗਮ, ਗੁਰੂ ਕੇ ਲੰਗਰਾਂ ਦੇ ਪ੍ਰਬੰਧ, ਸੰਗਤਾਂ ਦੀ ਰਿਹਾਇਸ਼ ਦੇ ਪ੍ਰਬੰਧ, ਜਾਂ ਕੋਈ ਵੀ ਸੁੱਖ ਸਹੂਲਤ ਜਿਹੜੀ ਸੰਗਤ ਆਈ ਉਹਦੀ ਸੇਵਾ ਦੇ ਵਿੱਚ ਅਸੀਂ ਪੈਦਾ ਕਰ। ਮੇਰਾ ਖਿਆਲ ਹੈ ਕਿ ਜਿੰਨੇ ਵਧੀਆ ਢੰਗ ਦੇ ਨਾਲ ਇਸ ਵਾਰ ਪ੍ਰੋਗਰਾਮ ਉਲੀਕੇ ਗਏ 13 ਦਿਨ ਦੇ, ਇਹ ਵੀ ਇੱਕ ਰਿਕਾਰਡ ਹੀ ਹੋਏਗਾ। ਕੀ ਸਮਾਗਮ ਨੇ ਆਉਣ ਵਾਲੇ ਦਿਨਾਂ ਦੇ ਵਿੱਚ, ਸ਼ਾਰਟ ਦੇ ਵਿੱਚ ਦੱਸੋ, ਤਾਂ ਕਿ ਸੰਗਤਾਂ ਨੂੰ ਪਤਾ ਲੱਗ ਸਕੇ ਕਿਹੜੇ ਕਿਹੜੇ ਸਮਾਗਮ, ਕਿੱਦਾਂ ਦੇ ਸਮਾਗਮ ਕਰ ਰਹੇ? ਇਸ ਤਰ੍ਹਾਂ ਕੱਲ੍ਹ ਤਾਂਤੀ ਸਾਜੇ ਵਾਲਿਆਂ ਨੇ 550 ਰਬਾਬੀਆਂ ਨੇ ਕੀਰਤਨ ਕੀਤਾ। ਅੱਜ ਸਾਰੇ ਸਹਿਜ ਪਾਠ ਵਾਲੇ ਜਿਹੜੇ ਸਾਡੇ ਵੀਰ ਭੈਣ ਭਰਾ ਸੀ, ਉਹਨਾਂ ਨੇ 16,000 ਤੋਂ ਵੱਧ ਪ੍ਰਾਣੀ ਸੀ, ਮੇਰੇ ਖਿਆਲ ਉਹ ਤੋਂ ਹੀ ਵੱਧ ਗਿਆ, ਉਹਨਾਂ ਨੇ ਸਹਿਜ ਪਾਠਾਂ ਦੇ ਅੱਜ ਭੋਗ ਪਾਏ। ਹੁਣ ਸਾਰਾ ਦਿਨ ਕੀਰਤਨ ਕਥਾ ਚੱਲੇਗੀ। ਇਸੇ ਤਰ੍ਹਾਂ ਕੱਲ੍ਹ ਨੂੰ ਭਾਰਤ ਭਰ ਦੀਆਂ ਸਾਰੀਆਂ ਸੁਖਮਨੀ ਸਾਹਿਬ ਸੁਸਾਇਟੀਆਂ ਜਿਹੜੀਆਂ, ਉਹਨਾਂ ਨੇ ਆ ਕੇ ਇੱਥੇ ਸੁਖਮਨੀ ਸਾਹਿਬ ਦੇ ਪਾਠ ਕਰਕੇ ਫਿਰ ਸਾਰਾ ਦਿਨ ਹੀ ਗੁਰਮਤਿ ਦਾ ਪ੍ਰਚਾਰ, ਕੀਰਤਨ, ਕਥਾ, ਉਹ ਸਾਰਾ ਦਿਨ ਇਸੇ ਤਰ੍ਹਾਂ ਚੱਲੇਗਾ। 4 ਤਰੀਕ ਨੂੰ ਸਾਡੇ ਬੜੂ ਸਾਹਿਬ ਵਾਲੇ ਬੱਚੇ ਸਵੇਰੇ 2.5 ਘੰਟੇ ਪ੍ਰੋਗਰਾਮ ਕਰਨਗੇ, ਫਿਰ 2.5 ਘੰਟੇ ਪ੍ਰੋਗਰਾਮ ਚੀਫ ਖਾਲਸਾ ਦੀਵਾਨ ਵਾਲੇ ਕਰਨਗੇ। ਉਸ ਤੋਂ ਬਾਅਦ 5 ਤਰੀਕ ਨੂੰ ਸਾਡੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਲਜ ਸਕੂਲ ਹੈ, ਉਹ ਸਾਰੇ ਵਿਦਿਆਰਥੀ ਆਪਣੇ ਆ ਕੇ ਇੱਥੇ ਕੀਰਤਨ, ਕਥਾ, ਜੋ ਵੀ ਧਾਰਮਿਕ ਤੌਰ ਦੇ ਉੱਤੇ ਆਪਣਾ ਇੱਥੇ ਸੇਵਾ ਕਰਨਗੇ। 6 ਤਰੀਕ ਨੂੰ ਸਾਰੀ ਵਿਸ਼ਵ ਸਿੱਖ ਸੰਮੇਲਨ ਜੋ ਇੱਥੇ ਕੀਤਾ ਗਿਆ, ਉਹਦਾ ਔਰਗੇਨਾਈਜ਼ਰ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹਦਾ ਸਹਿਯੋਗ, ਸਟੱਡੀ ਸਰਕਲ ਵਾਲੇ, ਬਾਕੀ ਚੀਫ ਖਾਲਸਾ ਦੀਵਾਨ ਵਾਲੇ ਅਤੇ ਬਾਕੀ ਸਾਰੇ ਕਾਲਜ ਜਿਹੜੇ ਆ ਉਹ ਖਾਲਸਾ ਕਾਲਜ ਦੇ ਰਹੇ। ਸੋ ਇਸੇ ਤਰੀਕੇ ਨਾਲ 7 ਤਰੀਕ ਨੂੰ ਵੀ ਸਾਰੇ ਖਾਲਸਾ ਕਾਲਜ ਅਤੇ ਬਾਕੀ ਸਾਰੇ ਜਿਹੜੇ ਸੰਗੀਤ ਅਕੈਡਮੀ ਆ ਉਹ ਇੱਥੇ ਹਾਜ਼ਰ ਹੋਣਗੇ। ਅੱਜ ਜਿਹੜੇ ਸਮਾਗਮ ਹੋਏ ਆ, ਇਹ ਭਾਈ ਮਰਦਾਨਾ ਹਾਲ ਦੇ ਵਿੱਚ ਸਮਾਗਮ ਚੱਲ ਰਹੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਮੁੱਖ ਸਟੇਜ ਲਗਾਈ ਜਾ ਰਹੀ ਹੈ, ਉਹ ਸਟੇਜ ਕੰਪਲੀਟ ਹੋ ਗਈ ਹੈ ਜਾਂ ਅਜੇ ਹੋਣੀ ਹੈ? ਉਹਦੀ ਚੱਲ ਰਹੀ ਹੈ ਜੀ ਅਜੇ ਤੱਕ ਤਿਆਰੀ, ਕਿਉਂਕਿ ਉੱਥੇ ਪ੍ਰੋਗਰਾਮ 9 ਨੂੰ ਸ਼ੁਰੂ ਹੋਣੇ ਆ। 9 ਨੂੰ ਪ੍ਰੋਗਰਾਮ ਸ਼ੁਰੂ ਹੋ ਰਹੇ ਨੇ ਮੁੱਖ ਸਟੇਜ 'ਤੇ। ਮੁੱਖ ਸਟੇਜ ਦਾ ਰੌਲਾ ਵੀ ਜਿਹੜਾ ਹੈ ਅਜੇ ਵੀ ਦੁਬਦਾ ਸੰਗਤ ਦੇ ਵਿੱਚ ਬਣੀ ਹੋਈ ਹੈ, ਕੀ ਕਹਿਣਾ ਚਾਹੋਗੇ ਇਸ ਬਾਰੇ? ਸੰਗਤਾਂ ਦੇ ਵਿੱਚ ਇਸ ਗੱਲ ਦਾ ਰੋਸ ਹੈ ਕਿ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਸਾਂਝੀਵਾਲਤਾ ਦਾ ਸੰਦੇਸ਼ ਦਿੰਦਿਆਂ ਹੋਇਆਂ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਇਹ ਸੰਦੇਸ਼ ਦਿੱਤਾ ਸੀ ਬਰਾਬਰਤਾ ਦਾ, ਸਾਂਝੀਵਾਲਤਾ ਦਾ, ਅਤੇ ਅੱਜ ਜਿਹੜੇ ਸਿੱਖ ਨੇ ਉਹ ਹੀ ਇੱਕ ਸਟੇਜ 'ਤੇ ਇਕੱਠੇ ਨਹੀਂ ਹੋ ਪਾ ਰਹੇ। ਦੇਖੋ, ਜਿਹੜੇ ਸਿੱਖ ਹੈ ਉਹਨਾਂ ਦੇ ਮਨ 'ਚ ਕੋਈ ਦੁਬਦਾ ਨਹੀਂ, ਕਿਉਂਕਿ ਸਿੱਖ ਨੇ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਬਣਾਉਣਾ ਹੁੰਦਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਜਾਰੀ ਹੋ ਚੁੱਕੇ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਗੁਰਦੁਆਰਾ ਬੇਰ ਸਾਹਿਬ ਦੀ ਇਹ ਸਾਰੀ ਮੈਨੇਜਮੈਂਟ ਵੱਲੋਂ ਉੱਥੇ ਜੋ ਸਟੇਜ ਸਜਾਈ ਜਾਣੀ ਉਹ ਮੁੱਖ ਸਟੇਜ ਹੈ, ਉੱਥੇ ਗੁਰੂ ਪੰਥ ਆਵੇ, ਉੱਥੋਂ ਗੁਰੂ ਨਾਨਕ ਨਾਮ ਲੇਵਾ ਸੰਗਤ ਪਹੁੰਚੇ। ਸੋ ਜਿਹੜੇ ਲੋਕ ਬੇਮੁੱਖ ਹੋ ਸਕਦੇ ਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ, ਜਿਹੜੇ ਆਦੇਸ਼ ਨੂੰ ਨਹੀਂ ਮੰਨਣਾ ਚਾਹੁੰਦੇ, ਉਹ ਭਾਵੇਂ ਕਿਸੇ ਪਾਸੇ ਜਾਣ, ਪਰ ਮੈਂ ਸਮਝਦੀ ਹਾਂ ਕਿ ਸੰਗਤਾਂ ਬਿਲਕੁਲ ਕਲੀਅਰ ਔਰ ਸੰਗਤਾਂ ਹਮੇਸ਼ਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਮੰਨਦੀਆਂ, ਅਤੇ ਇਹ ਇਤਿਹਾਸ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਸ ਨੂੰ ਸਦਾ ਹੀ ਧਾਰਮਿਕ ਪ੍ਰੋਗਰਾਮ ਮਨਾਉਣ ਦੀ ਇੱਕ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਅਤੇ ਸਦਾ ਬਣਾਉਂਦੀਆਂ ਆਈਆਂ, ਜਿੰਨੀਆਂ ਸ਼ਤਾਬਦੀਆਂ ਮਨਾਈਆਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਾਉਂਦੀ ਹੈ। ਤੁਸੀਂ ਕਹਿ ਰਹੇ ਹੋ ਜਿਹੜੇ ਸਿੱਖ ਨੇ ਉਹ ਤਾਂ ਮੁੱਖ ਸਟੇਜ 'ਤੇ ਆਉਣਗੇ, ਹਾਲਾਂਕਿ ਜਿਹੜੀ ਪੰਜਾਬ ਸਰਕਾਰ ਹੈ, ਕਾਂਗਰਸ ਦੀ ਸਰਕਾਰ ਹੈ, ਉਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੁੱਖ ਸਟੇਜ ਉਹਨਾਂ ਦੀ ਹੋਏਗੀ। ਫਿਰ ਕੀ ਜਿਹੜੇ ਉਸ ਸਟੇਜ ਦੇ ਉੱਪਰ ਹਿੱਸਾ ਲੈਣਗੇ ਜਾਂ ਪਹੁੰਚਣਗੇ ਉਹਨਾਂ ਨੂੰ ਸਿੱਖ ਨਾ ਮੰਨਿਆ ਜਾਏ? ਤੁਹਾਡਾ ਇਹ ਕਹਿਣ ਦਾ ਮਤਲਬ ਹੈ ਕਿ ਉਹ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਬਾਗੀ ਹੋ ਰਹੇ ਨੇ? ਮੈਂ ਇੱਕੋ ਗੱਲ ਬੇਨਤੀ ਕਰਦੀ ਹਾਂ ਕਿ ਸਾਰੇ ਸਿੱਖਾਂ ਨੂੰ ਆਵਾਜ਼ ਦਿੱਤੀ ਗਈ ਹੈ, ਸਾਰੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਆਵਾਜ਼ ਦਿੱਤੀ ਗਈ ਹੈ। ਸੰਗਤ ਬੜੀ ਕਲੀਅਰ ਹੈ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਹੈ ਅਸੀਂ ਉਹਨੂੰ ਮੰਨਣਾ। ਇਹ ਕਮੀਆਂ ਕਿੱਥੇ ਰਹਿ ਗਈਆਂ, ਤਾਲਮੇਲ 'ਚ ਕਮੀ ਕਿੱਥੇ ਰਹਿ ਗਈ? ਕੋਈ ਤਾਲਮੇਲ 'ਚ ਨਹੀਂ ਜੀ, ਸੰਗਤ ਸਾਰੀ ਆ ਰਹੀ, ਉਮੜ ਕੇ ਆ ਰਹੀ ਹੈ ਜੀ। ਜੇ ਕੋਈ ਸਰਕਾਰ
ਕੋਈ ਸਟੇਜ ਲਾਉਂਦੀ ਹੈ ਅਤੇ ਉਹ ਗੁਰੂ ਦੇ ਗੀਤ ਗਾਉਂਦੀ ਹੈ, ਅਸੀਂ ਕੀ ਕਹਿ ਸਕਦੇ ਹਾਂ ਜੀ? ਬਹੁਤ ਚੰਗੀ ਗੱਲ ਹੈ, ਗਾਉਣ ਗੀਤ ਭਾਵੇਂ ਵੱਖ ਵੱਖ ਸਟੇਜਾਂ ਲੱਗੀਆਂ, ਜਿੰਨੀਆਂ ਮਰਜ਼ੀ ਗੁਰੂ ਨਾਨਕ ਸਾਹਿਬ ਦੇ ਗੀਤ ਗਾਉਣ। ਕਰਤਾਰਪੁਰ ਲਾਂਘੇ ਦੀ ਗੱਲ ਕਰਦੇ ਹਾਂ, ਇਮਰਾਨ ਖਾਨ ਜੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ, ਉਹਨਾਂ ਨੇ ਵੱਡਾ ਤੋਹਫ਼ਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਕੌਮ ਨੂੰ ਦਿੱਤਾ ਹੈ। ਇਹ ਮੰਗ ਉੱਠ ਰਹੀ ਹੈ ਪੰਥਕ ਵਿਦਵਾਨਾਂ ਦੇ ਵੱਲੋਂ ਕਿ ਇਮਰਾਨ ਖਾਨ ਨੂੰ ਅਕਾਲ ਤਖਤ ਸਾਹਿਬ ਤੋਂ ਸੱਦਾ ਦੇ ਕੇ ਸਨਮਾਨਿਤ ਕਰਨਾ ਚਾਹੀਦਾ, ਤੁਹਾਡਾ ਕੀ ਕਹਿਣਾ ਇਸ ਬਾਰੇ? ਦੇਖੋ, ਸਭ ਤੋਂ ਪਹਿਲਾਂ ਤਾਂ ਮੇਰੀ ਬੇਨਤੀ ਹੈ ਵੀ ਅਸੀਂ ਸਰਕਾਰਾਂ ਜਿਹੜੀਆਂ ਨੇ ਉਹ ਸਰਕਾਰਾਂ ਆਪਣੀ ਡਿਊਟੀ ਕਰਦੀਆਂ, ਕਾਨੂੰਨ ਦੀ ਪਾਲਣਾ ਕਰਦੀਆਂ, ਔਰ ਜਿਹੜੀ ਅਰਦਾਸ ਹੈ ਉਹ ਸਾਰੇ ਸਿੱਖਾਂ ਦੀ ਮਨਜ਼ੂਰ ਹੋਈ ਹੈ, ਜਿਨ੍ਹਾਂ ਨੇ 70-80 ਸਾਲ ਤੋਂ ਅਰਦਾਸਾਂ ਕਰਦੀਆਂ ਆਏ ਸੱਚੇ ਪਾਤਸ਼ਾਹ, ਸਾਨੂੰ ਉਹਨਾਂ ਗੁਰਦੁਆਰੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਦਿਓ ਜਿਹਨਾਂ ਗੁਰਧਾਮਾਂ ਤੋਂ ਸਾਨੂੰ ਵਿਛੋੜਿਆ ਗਿਆ। ਇਹ ਗੁਰੂ ਨਾਨਕ ਦੀ ਮਿਹਰ ਹੋਈ ਹੈ, ਜਿੱਥੇ ਚਾਦਰ ਪਾੜੀ ਸੀ ਉੱਥੇ ਫਿਰ ਗੁਰੂ ਨੇ ਵੀ ਕਿਰਪਾ ਕੀਤੀ ਕਿ ਸਾਨੂੰ ਫਿਰ ਇਕੱਠਿਆਂ ਕਰ ਦਿੱਤਾ। ਸੋ ਮੈਂ ਸਮਝਦੀ ਹਾਂ ਸਾਰੇ ਸਨਮਾਨਯੋਗ ਹੈ, ਜੇ ਸਾਡੀ ਭਾਰਤ ਸਰਕਾਰ ਹੈ ਉਹਨੇ ਕਾਨੂੰਨ ਨੂੰ ਸਾਡੇ ਹੱਕ 'ਚ ਕੀਤਾ, ਜਾਂ ਉੱਧਰੋਂ ਪਾਕਿਸਤਾਨ ਦੀ ਸਰਕਾਰ ਹੈ ਉਹਨੇ ਵੀ ਕਾਨੂੰਨ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਨਤਮਸਤਕ ਹੋ ਕੇ ਪੂਰਾ ਕੀਤਾ, ਸਾਰੇ ਸਨਮਾਨਯੋਗ ਹੈ ਜੀ। ਇਹ ਤਾਂ ਗੱਲ ਠੀਕ ਹੈ ਕਿ ਭਾਰਤ ਸਰਕਾਰ ਦੇ ਸਹਿਯੋਗ ਤੋਂ ਬਿਨਾਂ ਇਹ ਜਿਹੜਾ ਕੰਮ ਸੀ ਉਹ ਨੇਪਰੇ ਨਹੀਂ ਸੀ ਚੜ੍ਹ ਸਕਦਾ, ਫਿਰ ਵੀ ਕਿਹਾ ਜਾ ਰਿਹਾ ਕਿ ਇਮਰਾਨ ਖਾਨ ਨੇ ਬਹੁਤ ਵੱਡਾ ਕਾਰਜ ਕੀਤਾ ਹੈ, ਇਸ ਕਰਕੇ ਉਹਨਾਂ ਨੂੰ ਸਨਮਾਨ ਕਰਨਾ ਚਾਹੀਦਾ ਹੈ। ਹੋਰ ਵੀ ਆਗੂਆਂ ਨੂੰ, ਵੱਖ ਵੱਖ ਆਗੂਆਂ ਨੂੰ ਜਿਹੜਾ ਸਰੋਪੇ ਦਿੱਤੇ ਜਾਂਦੇ ਨੇ ਉਹਨਾਂ ਨੂੰ ਸਰੋਪਾ ਦੇਣਾ ਚਾਹੀਦਾ ਹੈ, ਇਸ ਬਾਰੇ ਮੰਗ ਉੱਠ ਰਹੀ ਹੈ। ਜਦੋਂ ਆਉਣਗੇ ਜੀ, ਜਦੋਂ ਇਹ ਦੇਸ਼ ਵਿੱਚ ਫੇਰੀ ਪਾਉਣਗੇ ਤਾਂ ਸਾਰੇ ਸਨਮਾਨ ਕਰਦੇ ਹਾਂ ਜੀ। ਇਸ 'ਤੇ ਜੋ ਵੀ ਆਵੇ, ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਆਵੇ, ਰਾਸ਼ਟਰਪਤੀ ਆਵੇ, ਕੋਈ ਮੰਤਰੀ ਆਉਣ, ਪ੍ਰੋਮੀਨੈਂਟ ਫਿਗਰਸ ਆਉਣ, ਸਭ ਨਾਲ ਸਤਿਕਾਰ ਦਿੱਤਾ ਜਾਂਦਾ, ਜ਼ਰੂਰ ਕਰਨਾ ਚਾਹੀਦਾ ਸਾਰਿਆਂ ਦਾ ਸਨਮਾਨ। ਕ੍ਰੈਡਿਟ ਦੀ ਦੌੜ ਲੱਗੀ ਹੋਈ ਹੈ ਹਰ ਪਾਰਟੀ ਦੇ ਵੱਲੋਂ ਕਿ ਉਹਨਾਂ ਦੇ ਕਰਕੇ ਹੀ ਸ਼ਾਇਦ ਉਹਨਾਂ ਦੇ ਯਤਨਾਂ ਕਰਕੇ ਲਾਂਘਾ ਖੁੱਲ੍ਹਿਆ, ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਸਿੱਖ ਸੰਗਤ ਦੀ ਕੋਈ ਦੌੜ ਨਹੀਂ, ਸਿੱਖ ਸੰਗਤ ਤਾਂ ਬਹੁਤ ਉਤਸ਼ਾਹਿਤ ਅਤੇ ਸਕੂਨ ਮਹਿਸੂਸ ਕਰ ਰਹੀ ਹੈ ਵੀ ਸਾਡੀ ਅਰਦਾਸ ਪੂਰੀ ਹੋਈ ਹੈ। ਇਹ ਦੌੜ ਉਹਨਾਂ ਲੋਕਾਂ ਦੀ ਹੈ ਜਿਹੜੇ ਗੁਰੂ ਦੇ ਵਿੱਚ ਖੁੱਭਦੇ ਨਹੀਂ ਹੈ, ਗੁਰੂ ਦੇ ਨਾਲ ਜੁੜਦੇ ਨਹੀਂ ਹੈ, ਜਿਹੜੇ ਕੇਵਲ ਅਤੇ ਕੇਵਲ ਆਪਣੀ ਦੁਨੀਆ ਵਿੱਚ ਆਪਣੀ ਹੋਂਦ ਵਿਖਾਉਣਾ ਚਾਹੁੰਦੇ ਆ, ਲੇਕਿਨ ਗੁਰੂ ਦੇ ਘਰ 'ਚ ਉਹਦੀ ਹਾਜ਼ਰੀ ਲੱਗਣੀ ਹੈ ਜੋ ਆਪੇ ਨੂੰ ਮਿਟਾ ਕੇ ਗੁਰੂ ਦੇ ਹਵਾਲੇ ਕਰ ਦੇਵੇ। ਤੁਹਾਡਾ ਧੰਨਵਾਦ ਜੀ। ਇਹ ਸਨ ਬੀਬੀ ਜਗੀਰ ਕੌਰ, ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਸੁਲਤਾਨਪੁਰ ਲੋਧੀ ਤੋਂ। ਸੁਲਤਾਨਪੁਰ ਲੋਧੀ ਜਿੱਥੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ, ਬੀਬੀ ਜਗੀਰ ਕੌਰ ਦੇ ਵੱਲੋਂ ਇੱਥੇ ਜਿਹੜੇ ਪ੍ਰਬੰਧ ਕੀਤੇ ਗਏ ਨੇ, ਇਹਨਾਂ ਦੀ ਡਿਊਟੀ ਲਗਾਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਧਾਰਮਿਕ ਸਮਾਗਮਾਂ ਨੂੰ ਲੈ ਕੇ ਇਹਨਾਂ ਨੇ ਉਹਨਾਂ ਸਮਾਗਮਾਂ ਦੀ ਵੀ ਗੱਲ ਕੀਤੀ, ਰੂਪ ਰੇਖਾ ਦੱਸੀ ਕਦੋਂ ਕਦੋਂ ਕਿਹੜੇ ਕਿਹੜੇ ਸਮਾਗਮ ਹੋਣਗੇ, ਅਤੇ ਨਾਲ ਨਾਲ ਇਹਨਾਂ ਨੇ ਖੁਸ਼ੀ ਜਤਾਈ ਹੈ ਕਿ ਸੰਗਤ ਜਿਹੜੀ ਹੈ ਵੱਧ ਚੜ੍ਹ ਕੇ ਇੱਥੇ ਹਿੱਸਾ ਲੈ ਰਹੀ ਹੈ। ਕੈਮਰਾਮੈਨ ਹਰਮਨ ਦੇ ਨਾਲ ਰਣਦੀਪ ਸਿੰਘ, ਜਗਬਾਣੀ TV, ਸੁਲਤਾਨਪੁਰ ਲੋਧੀ।